ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਨਿੱਗੀ ਜੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮਿੰਟਨ ਸ਼ਹਿਰ ਤੋਂ ਕੁਝ ਖਬਰਾਂ ਲੈ ਕੇ ਹਾਜ਼ਰ ਆ ਜੀ ਕੱਲ ਸਾਡੇ ਸੂਬੇ ਦੇ ਵਿੱਚ ਸਾਡੇ ਹੈਲਥ ਮਿਨਿਸਟਰ ਟਾਇਲਰ ਸ਼ੈਂਡਰੋਹਰਾ ਨੇ ਇੱਕ ਵਾਰ ਫਿਰ ਜਿਹੜਾ ਲੋਕਾਂ ਨੂੰ ਦੱਸਿਆ ਕਿ ਉਹ ਫੇਜ਼ 3 ਦੇ ਵਿੱਚ ਮੂਵ ਨਹੀਂ ਕਰ ਰਹਾ ਮਤਲਬ ਕਿ ਜਿਹੜੀਆਂ ਪਾਬੰਦੀਆਂ ਅੱਗੇ ਲੱਗੀਆਂ ਹੋਈਆਂ ਉਹ ਹਟਾਈਆਂ ਨਹੀਂ ਜਾਣਗੀਆਂ ਕਿਉਂਕਿ ਹਸਪਿਟਲਾਈਜੇਸ਼ਨਸ ਜਿਹੜੀਆਂ ਆ ਉਹ ਵਧ ਰਹੀਆਂ ਨੇ ਸੋ ਉਹਨਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਉਹਨਾਂ ਨੇ ਉਹ ਹਜੇ ਪਾਬੰਦੀਆਂ ਨਹੀਂ ਹਟਾਈਆਂ ਕਿਉਂਕਿ ਵੇਰੀਐਂਟ ਦੇ ਕੇਸ ਜਿਹੜੇ ਆ ਕਾਫੀ ਵਧੇ ਆ ਜੀ ਔਰ ਦੂਸਰੇ ਕੇਸ ਵੀ ਜਿਹੜੇ ਕੋਵਿਡ-19 ਪੋਜ਼ਿਟਿਵ ਕੇਸ ਆ ਉਹ ਵੀ ਕਾਫੀ ਵਧੇ ਨੇ ਸੋ ਇਸ ਕਰਕੇ ਉਹਨਾਂ ਨੇ ਹਜੇ ਹਾਲ ਦੀ ਘੜੀ ਉਹ ਪਾਬੰਦੀਆਂ ਜਿਹੜੀਆਂ ਉਹ ਉਸੇ ਤਰ੍ਹਾਂ ਹੀ ਰੱਖੀਆਂ ਨੇ ਹਟਾਉਣ ਦਾ ਜਿਹੜਾ ਪਹਿਲਾਂ ਲੋਕਾਂ ਨੂੰ ਆਸ ਸੀ ਕਿ ਸ਼ਾਇਦ ਹਟਾ ਦੇਣ ਉਹ ਨਹੀਂ ਹਟਾਈਆਂ ਜਾਣਗੀਆਂ ਹਾ ਦੂਸਰੀ ਖਬਰ ਹੈ ਜੀ ਵੀ ਅਲਬਰਟਾ ਦੇ ਨਾਰਥ ਦੇ ਵਿੱਚ ਇੱਕ ਟਾਊਨ ਆ ਕਲੀਅਰ ਡੇਲ ਉਥੇ ਇੱਕ ਨਵੀਂ ਸਮੱਸਿਆ ਖੜੀ ਹੋ ਰਹੀ ਹੈ ਕਿਉਂਕਿ ਜਿਹੜੇ ਰੂਰਲ ਏਰੀਆ ਆ ਉਥੇ ਜਿਹੜੇ ਪੇਰੈਂਟਸ ਨੇ ਬੱਚਿਆਂ ਦੇ ਉਹ ਕਹਿ ਰਹੇ ਆ ਕਿ ਆ ਜਿਹੜੀਆਂ ਤੁਸੀਂ ਪਾਬੰਦੀਆਂ ਲਾਈਆਂ ਹੋਈਆਂ ਨੇ ਭਈ ਪ੍ਰੋਵਿੰਸ ਵਾਈਡ ਉਹ ਠੀਕ ਨਹੀਂ ਉਹਨਾਂ ਨੂੰ ਲੱਗਦਾ ਹੈ ਵੀ ਜਿਹੜੇ ਬੱਚਿਆਂ ਦੇ ਉੱਤੇ ਮਾਸਕ ਵਗੈਰਾ ਪਾਉਣਾ ਜਿਹੜਾ ਵੀ ਉਹ ਬੜਾ ਔਖਾ ਆ ਜਿਵੇਂ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਆਈ ਹੈ ਜੀ ਵੀ ਸ਼ਾਇਦ ਮਾਸਕ ਲਾਉਣ ਦੇ ਨਾਲ ਜਿਹੜੀ ਆਕਸੀਜਨ ਦੀ ਘਾਟ ਹੋ ਜਾਂਦੀ ਆ ਪਰ ਮਾਹਰ ਕਹਿ ਰਹੇ ਵੀ ਇਦਾਂ ਦੀ ਕੋਈ ਗੱਲ ਨਹੀਂ ਹੈ ਮਾਸਕ ਲਾਉਣ ਨਾਲ ਆਕਸੀਜਨ ਦੀ ਘਾਟ ਨਹੀਂ ਹੁੰਦੀ ਪਰ ਜਿਹੜੇ ਪੇਰੈਂਟਸ ਨੇ ਜੀ ਉਹਨਾਂ ਨੇ ਕੀ ਕੀਤਾ ਕਿ ਬੱਚਿਆਂ ਨੂੰ ਸਕੂਲ ਜਾਣ ਤੋਂ ਹਟਾ ਦਿੱਤਾ ਉੱਥੇ ਟੋਟਲ ਜਿਹੜੇ 81 ਸਟੂਡੈਂਟ ਸੀਗੇ ਉਹਨਾਂ 81 ਵਿੱਚੋਂ 55 ਬੱਚੇ ਜਿਹੜੇ ਆ ਉਹ ਸਕੂਲੇ ਨਹੀਂ ਗਏ ਔਰ ਉਹਨਾਂ ਨੇ ਉਥੋਂ ਜਿਹੜੇ ਪੇਰੈਂਟਸ ਉਹਨਾਂ ਦੀ ਭੈਗੀ ਹੈ ਜੀ ਕਾਉਂਸਲ ਉਹਨਾਂ ਨੇ ਇੱਕ ਖਤ ਲਿਖਿਆ ਜਿਹਦੀਆਂ ਕਾਪੀਆਂ ਉਹਨਾਂ ਨੇ ਪ੍ਰੀਮੀਅਰ ਨੂੰ ਹੈਲਥ ਮਨਿਸਟਰ ਨੂੰ ਔਰ ਐਜੂਕੇਸ਼ਨ ਮਨਿਸਟਰ ਨੂੰ ਭੇਜ ਕੇ ਇਹ ਹੀ ਗੱਲਾਂ ਉਹਨਾਂ ਨੂੰ ਆਖੀਆਂ ਵੀ ਭਾਈ ਤੁਸੀਂ ਇਹ ਜਿਹੜੀਆਂ ਕੰਡੀਸ਼ਨਾਂ ਪ੍ਰੋਵਿੰਸ ਵਾਈਡ ਲਾਈਆਂ ਹੋਈਆਂ ਇਹ ਤੁਸੀਂ ਰੂਰਲ ਏਰੀਆ ਦੀ ਬੱਕਰੀਆਂ ਕਰਨੀਆਂ ਚਾਹੀਦੀਆਂ ਨੇ ਉਹ ਕਹਿੰਦੇ ਵੀ ਅਸੀਂ ਸਾਡਾ ਜਿਹੜਾ ਇੱਥੇ ਰਹਿਣਾ ਸਹਿਣਾ ਉਹ ਇੱਕ ਕਿਸਮ ਦਾ ਇੱਕ ਬਹੁਤ ਵੱਡਾ ਪਰਿਵਾਰ ਆ ਅਗਰ ਕਿਸੇ ਨੂੰ ਕੋਈ ਗੱਲਬਾਤ ਹੋ ਜਾਂਦੀ ਆ ਤੇ ਉਥੇ ਇੱਕ ਦੂਸਰੇ ਦੀ ਦੇਖਭਾਲ ਕਰਨ ਜਾਣਾ ਅਸੀਂ ਉਥੇ ਮਾਸਕ ਲਾ ਕੇ ਜਾਂ ਦੂਰੀਆਂ ਬਣਾ ਕੇ ਨਹੀਂ ਬੈਠੇ ਰਹਿਣਾ ਸੋ ਜਿਹੜਾ ਇਧਰੋਂ ਹਜੇ ਜਵਾਬ ਜੀ ਉਹਨਾਂ ਨੂੰ ਇਹ ਹੀ ਦਿੱਤਾ ਜਾ ਰਿਹਾ ਪਈ ਅਸੀਂ ਸਮਝਦੇ ਆਂ ਪਈ ਇਹ ਜਿਹੜੀਆਂ ਮੁਸ਼ਕਲਾਂ ਸਾਰਿਆਂ ਲਈ ਬੜੀਆਂ ਔਖੀਆਂ ਨੇ ਪਰ ਇਹਨਾਂ ਨੂੰ ਫਾਲੋ ਹਾਲ ਦੀ ਘੜੀ ਕਰਨਾ ਪੈਣਾ ਹੈ ਔਰ ਇੱਕ ਖਬਰ ਸਦਰਨ ਅਲਬਰਟਾ ਤੋਂ ਆ ਰਹੀ ਹੈ ਜੀ ਉਹ ਅਕਸਰ ਆਪਾਂ ਗੱਲਬਾਤ ਸੁਣਦੇ ਹਾਂ ਕਿ ਜਿਹੜੇ ਫੈਮਿਲੀ ਡੋਮੈਸਟਿਕ ਵਾਇਲੈਂਸ ਦੀ ਜਿਹੜੀ ਗੱਲਬਾਤ ਹੁੰਦੀ ਹੈ ਉਹਦੇ ਵਿੱਚ ਅਕਸਰ ਜਿਹੜਾ ਮਰਦ ਨੂੰ ਘਰੋਂ ਬਾਹਰ ਜਾਣਾ ਪੈਂਦਾ ਹੁਣ ਇਹ ਸਦਰਨ ਅਲਬਰਟਾ ਦੇ ਵਿੱਚ ਜੀ ਉਹਨਾਂ ਨੇ ਇਹ ਨਵਾਂ ਇੱਕ ਪ੍ਰੋਜੈਕਟ ਆਰੰਭਿਆ ਜਿਹਦੇ ਵਿੱਚ ਉਹ ਕਹਿੰਦੇ ਵੀ ਜਿਹੜੇ ਅਬਿਊਜ਼ਰ ਆ ਨਾ ਉਹਨਾਂ ਨੂੰ ਇੱਕ ਕਿਸਮ ਦੀ ਐਜੂਕੇਟ ਕੀਤਾ ਜਾਏਗਾ ਉਹਨਾਂ ਦੀ ਟ੍ਰੀਟਮੈਂਟ ਕਰਨ ਦਾ ਢੰਗ ਤਰੀਕਾ ਜਿਹੜਾ ਉਹ ਸਟੈਬਲਿਸ਼ ਕੀਤਾ ਜਾ ਰਿਹਾ ਭਈ ਉਹਨਾਂ ਬੰਦਿਆਂ ਨੂੰ ਜਿਹੜੇ ਅਬਿਊਜ਼ ਕਰਦੇ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਉੱਥੇ ਆ ਕੇ ਰਹੋ ਇਹ ਕੋਈ 52 ਹਫ਼ਤਿਆਂ ਦਾ ਕੋਰਸ ਆ ਆਲਮੋਸਟ ਕਹਿ ਲਓ ਸਾਲ ਦਾ ਹੀ ਬਣ ਗਿਆ ਔਰ ਉਹਦੇ ਵਿੱਚ ਉਹ ਕਹਿੰਦੇ ਵੀ ਪਹਿਲੇ 8 ਹਫ਼ਤੇ ਜਿਹੜੇ ਆ ਉਹਨਾਂ ਦਾ ਬਿਹੇਵੀਅਰ ਜਿਹੜਾ ਨੋਟ ਕੀਤਾ ਜਾਂਦਾ ਹੌਲੀ-ਹੌਲੀ ਉਹਨੂੰ ਬਦਲਾ ਲੈਉਣ ਦੀ ਉਹਦੇ ਵਿੱਚ ਕੋਸ਼ਿਸ਼ ਕੀਤੀ ਜਾਂਦੀ ਆ ਔਰ ਫੇਰ ਉਹਨਾਂ ਨੂੰ ਉਦੋਂ ਬਾਅਦ ਘਰ ਜਾਣ ਦਿੱਤਾ ਜਾਂਦਾ ਜਿੱਥੇ ਉਹਨਾਂ ਦੇ ਬੱਚੇ ਆਲਰੇਡੀ ਸਕੂਲੇ ਜਾਂਦੇ ਆ ਪਰਿਵਾਰ ਉਹਨਾਂ ਦਾ ਉੱਥੇ ਰਹਿੰਦਾ ਉਹ ਕਹਿੰਦੇ ਕਈ ਵਾਰੀ ਤੁਹਾਨੂੰ ਇਹ ਲੋਡ ਹੁੰਦੀ ਆ ਵੀ ਥੋੜੀ ਸੈਪਰੇਸ਼ਨ ਹੋਵੇ ਤੇ ਮੁੜ ਕੇ ਬੰਦੇ ਜਿਹੜੇ ਆ ਉਸ ਗੱਲਬਾਤ ਨੂੰ ਥੋੜਾ ਸਮਝਣ ਲੱਗਦੇ ਆ ਉਹ ਕਹਿੰਦੇ ਵੀ ਇਹ ਏਡੀ ਛੇਤੀ ਦੇ ਨਾਲ ਤਾਂ ਗੱਲਬਾਤ ਨਹੀਂ ਹੋਣ ਵਾਲੀ ਪਰ ਉਹ ਹੌਲੀ-ਹੌਲੀ ਇਸ ਗੱਲ ਨੂੰ ਲੋਕਾਂ ਨੂੰ ਕਹਿ ਰਿਹਾ ਵੀ ਤੁਸੀਂ ਐਟ ਲੀਸਟ ਇਸ ਗੱਲ ਨੂੰ ਰੈਕੋਗਨਾਈਜ਼ ਕਰੋ ਔਰ ਹੈਲਪ ਜਿਹੜੀ ਮੰਗਣੀ ਆ ਉਹ ਕੋਈ ਬੁਰੀ ਗੱਲ ਨਹੀਂ ਹੈ ਉਹ ਜਿਹੜਾ ਟੈਬੂ ਬਣਿਆ ਹੋਇਆ ਹੈ ਨਾ ਵੀ ਬੰਦੇ ਜਿਹੜੇ ਹੈਲਪ ਨਹੀਂ ਮੰਗਦੇ ਉਹ ਇਦਾਂ ਦੀ ਗੱਲ ਨਹੀਂ ਹੋਣੀ ਚਾਹੀਦੀ ਉਹਨਾਂ ਨੂੰ ਹੈਲਪ ਲੈ ਲੈਣੀ ਚਾਹੀਦੀ ਆ ਔਰ ਸਮੇਂ ਦੇ ਨਾਲ ਉਹ ਕਹਿੰਦੇ ਜੀ ਵੀ ਅਸੀਂ ਚਾਹੁੰਦੇ ਆ ਵੀ ਇਹ ਪਰਿਵਾਰ ਨਾ ਟੁੱਟਣ ਕਿਉਂਕਿ ਜਿੱਥੇ ਵੀ ਕਿਤੇ ਵਾਇਲੈਂਸ ਵਾਪਰਦਾ ਉਥੇ ਫਿਰ ਪਰਿਵਾਰ ਟੁੱਟਦੇ ਨੇ ਸੋ ਇੱਕ ਪ੍ਰੋਜੈਕਟ ਜਿਹੜਾ ਜੀ ਆਰੰਭ ਹੋਇਆ ਸਦਰਨ ਅਲਬਰਟਾ ਦੇ ਵਿੱਚ ਔਰ ਆਸ ਕਰਦੇ ਹਾਂ ਭਈ ਇਹਦਾ ਬੈਨੀਫਿਟ ਜਿਹੜਾ ਪੂਰੀ ਦੀ ਪੂਰੀ ਕਮਿਊਨਿਟੀ ਨੂੰ ਉੱਥੇ ਹੋਵੇਗਾ ਸਗੋਂ ਸਾਰੇ ਪਾਸੇ ਹੀ ਉਹ ਪ੍ਰੋਗਰਾਮ ਚਲਾਣਾ ਚਾਹੀਦਾ ਏ ਫੈਡਰਲ ਗਵਰਨਮੈਂਟ ਦੀ ਸਹਾਇਤਾ ਦੇ ਨਾਲ ਇਹ ਜਿਹੜਾ ਜੀ ਉਹਨਾਂ ਨੇ ਪਾਇਲਟ ਪ੍ਰੋਜੈਕਟ ਆਰੰਭ ਕੀਤਾ ਹੈ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ